ਆਖਰੀ ਸ਼ੇਰ ਕਿਲੇ ਭੱਟੀਆਂ ਅਗਲੇ ਦਿਨ ਪੜ੍ਹਿਆ ਬਾਬਾ ਜੀ, ਸਾਰੇ ਪਿੰਡਾਲ ਨੇ ਦੁਆ ਔਰ ਦਾਅ ਦਿੱਤੀ। ਲੇਕਿਨ ਇਹ ਕਿਮਾਲੀਏ ਦਾ ਮਜਮਾ ਹੈ, ਕਿਲੇ ਭੱਟੀਆਂ ਤੋਂ ਘੱਟ ਨਹੀਂ ਜੇ ਅਗਰ ਤਵੱਜੋ ਕਰਨ ਤਾਂ। ਦਾਦ ਔਰ ਦੁਆ ਤੁਹਾਡੇ ਕੋਲ ਵੀ ਲੈਣੀ, ਅਗਰ ਮਿਹਨਤ ਹੋਵੇ ਤਾਂ ਬੋਲਣਾ, ਰਾਇਤੀ ਦਾਦ ਨਹੀਂ। ਛੇ ਤੇ ਤਵੱਜੋ ਕਿਵੇਂ ਭਾਈ, ਹਲੂਸ ਦੇ ਥੋੜੇ ਬੰਦੇ ਵੀ ਬੋਲ ਪਾਉਣ ਤਾਂ ਸਹਿਣ ਰਾਜ਼ੀ ਹੋ ਜਾਂਦੇ। ਕਸੀਦਾ ਇਮਾਮ ਹੁਸੈਨ ਬਾਦਸ਼ਾਹ ਇਬਨ ਅਲੀ ਕੇ ਸਜਦੇ ਵਲ ਅਸਰ ਕੀ ਕਸਮ, ਤੌਹੀਦ ਰੂਹੇ ਇਸ਼ਕ ਨਮਾਜ਼ ਹੁਸੈਨ ਹੈ। ਅੱਲਾਹ ਔਰ ਹੁਸੈਨ ਮੇ ਰਿਸ਼ਤਾ ਤੋ ਦੇਖੀਏ, ਵੋ ਨਜ਼ਰੇ ਅੱਲਾਹ ਹੈ, ਇਹ ਨਿਆਜ਼ੇ ਹੁਸੈਨ ਹੈ। ਇਮਾਮ ਹੁਸੈਨ ਅਲੈਹਿਸ ਸਲਾਮ ਦੀ ਜ਼ਾਤ ਤੇ ਸਾਰੇ ਬੁਲੰਦ ਆਵਾਜ਼ ਨਾਲ ਸਲਵਾਤ ਕਰੋ। ਅੱਛਾ, ਜ਼ੋਰ ਸਾਡਾ ਲੱਗਦਾ ਪਿਆ, ਸਲਵਾਰ ਤੁਸੀਂ ਦਿੱਲੀ ਪੜ੍ਹਦੇ ਪਏ। ਅਗਲੇ ਸ਼ੇਰ ਤੇ ਤਵੱਜੋ ਕਿਵੇਂ ਭਈ, ਅਲਹਮਦੁਲਿਲਾ ਅਲਹਮਦੁਲਿਲਾ ਪੁੱਤ ਨੂੰ ਦਾਦ ਨਹੀਂ ਦੇਣੀ, ਸਾਰੀ ਜਤੋਈ ਨੂੰ ਦੇਣੀ। ਅਲਹਮਦੁਲਿਲਾ ਅਲਹਮਦੁਲਿਲਾ ਨਾਨਾ ਰਸੂਲੇ ਬਾਬਾ ਅਸੂਲੇ, ਓ ਨਾਨਾ ਰਸੂਲੇ ਲੈ ਬਚਣਾ ਹੁਸੈਨ ਅਮਲੀ ਬਤੂਲੇ, ਅਲਹਮਦੁਲਿਲਾ ਅਗਲਾ ਸ਼ੇਰ ਇਹੋ ਜਿਹਾ ਸੁਣਾਉਣ ਲੱਗਾ, ਹਰ ਬੰਦਾ ਜ਼ਮੀਨ 'ਤੇ ਤਰਕੜੇ ਹੱਥ ਗੱਤ ਕੇ ਬਹੁਵੇ, ਬਲਕਿ ਕੰਢ ਕਰਕੇ ਬਹੁ, ਵੀ ਜ਼ਹੀਰ ਅਬਾਸ ਨਾਲ ਬੋਲਣਾ ਹੀ ਨਹੀਂ। ਇਨਸ਼ਾਅੱਲਾ ਜ਼ਬਾਨਾ ਹਥੇਲੀ 'ਤੇ ਆ ਕੇ ਅਲੀ ਅਲੀ ਦਾ ਜ਼ਿਕਰ ਨਾ ਕਰਨ ਮੌਲਾ, ਅੱਬਾ ਦੀ ਚੌਖਣ ਚੁੰਮਣ ਦਾ ਫਾਇਦਾ ਕੋਈ ਨਹੀਂ। ਲੇਕਿਨ ਸ਼ਰਤ ਇਹ ਬੰਦੇ ਤਵੱਜੋ ਨਾਲ ਸੁਣਨ ਤਾਂ,
شیطے توجہ کیوں بھائی الحمدللہ لا سفیان تیڈا سادا تینے او سفیان تیڈا تیڈا یزید سادا حسین الحمد نارا کوئی نہیں مارنا مولا بات کر قصیدہ بابا جی مولا باپ دا کمر بنی ہاشم جیڑا کہ میں اپنے بابر نال پورے ملک وچ پڑھایا مرحوم بٹی صاحب دا اور جیڑا ہے قصیدہ مولا باپ دا بارہا دفعہ پورے ملک وچ پڑھیا لیکن بانیان دا حکم ہے کہ قصیدہ اس دے شوق دی میں تھانوں سدیا ہے کہ تھوڑا دل ہے سنا دویے قبولیت کے مکان کی مکین ہوتی ہے وہی تو منفرد بہترین ہوتی ہے زیارت رخ عباس سے ہوا معلوم دعائے فاطمہ کتنی حسین ہوتی ہے مولا عباس دی عظمت تے سارے بلند آواز نال صلوات پڑھو پال تہ پہ شکیلا بابے دیا کئی بندے جی توجہ نہیں کیتی سارے بندے نو توجہ کراون دی خاطر ایک بار پھر سنا دینا او شکیلا پیگا آپ بنے سا علم عباس دلے سا شکلا بابے دیا بانی صاحب نے بھی ایک بار پھر سنا دو تھوڑا بھی دل ہے پھر سنا دے بابا نارا او شکیلا بابے دیا گھن آیا بابے دلال مشا ان پیگا آپ بنے سا شکلا بابے دیا نعرہ حیدری میری سین بھرا نچائی کھڑیے کئی ویل متھا چمدیے کئی ویل منہ چمدیے خوشیوں کے بار بار آنیے ان ناد میں آ